ਹੈਲੋ ਬੱਚਿਓ, ਇਸ ਐਪੀਸੋਡ ਵਿੱਚ ਤੁਸੀਂ ਜੋੜ ਜਾਂ ਘਟਾਓ ਦੀ ਵਰਤੋਂ ਕਰਕੇ ਸੰਖਿਆਵਾਂ ਨੂੰ ਪੂਰਨ ਵਰਗ ਬਣਾਉਣ ਬਾਰੇ ਸਿੱਖੋਗੇ। ਆਓ ਹੁਣ ਸ਼ੁਰੂ ਕਰਦੇ ਹਾਂ। ਪੂਰਨ ਵਰਗ ਸੰਖਿਆਵਾਂ ਵਰਗ। ਜਦੋਂ ਕਿਸੇ ਸੰਖਿਆ ਨੂੰ ਉਸੇ ਸੰਖਿਆ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਗੁਣਨ ਫਲ ਦਿੱਤੀ ਸੰਖਿਆ ਦਾ ਵਰਗ ਹੁੰਦਾ ਹੈ। ਉਦਾਹਰਣ ਲਈ, ਦੋ ਦਾ ਵਰਗ ਬਰਾਬਰ ਹੋਵੇਗਾ ਦੋ ਗੁਣਾ ਦੋ, ਜੋ ਕਿ ਬਰਾਬਰ ਚਾਰ ਦੇ। ਇਸ ਤਰ੍ਹਾਂ ਚਾਰ ਇੱਕ ਪੂਰਨ ਵਰਗ ਸੰਖਿਆ ਹੈ। ਇਸੇ ਤਰ੍ਹਾਂ ਪੰਜ ਦਾ ਵਰਗ ਬਰਾਬਰ ਪੰਜ ਗੁਣਾ ਪੰਜ ਬਰਾਬਰ ਪੱਚੀ ਦੇ, ਜੋ ਕਿ ਇੱਕ ਪੂਰਨ ਵਰਗ ਸੰਖਿਆ ਹੈ। ਮੰਨ ਲਓ ਇੱਕ ਸੰਖਿਆ ਏ, ਤਾਂ ਇਹ ਵਰਗ ਬਰਾਬਰ ਹੋਵੇਗਾ ਏ ਗੁਣਾ ਏ, ਤਾਂ ਇਸ ਤਰ੍ਹਾਂ ਇਹ ਵਰਗ ਪੂਰਨ ਵਰਗ ਸੰਖਿਆ ਹੈ। ਆਓ ਇੱਕ ਤੋਂ ਲੈ ਕੇ ਦਸ ਤੱਕ ਦੀਆਂ ਸੰਖਿਆਵਾਂ ਦੇ ਵਰਗ ਦੇਖਦੇ ਹਾਂ। ਇੱਕ ਦਾ ਵਰਗ ਬਰਾਬਰ ਇੱਕ ਗੁਣਾ ਇੱਕ ਬਰਾਬਰ ਇੱਕ, ਦੋ ਦਾ ਵਰਗ ਬਰਾਬਰ ਦੋ ਗੁਣਾ ਦੋ ਬਰਾਬਰ ਚਾਰ, ਤਿੰਨ ਦਾ ਵਰਗ ਬਰਾਬਰ ਤਿੰਨ ਗੁਣਾ ਤਿੰਨ ਬਰਾਬਰ ਨੌ, ਚਾਰ ਦਾ ਵਰਗ ਬਰਾਬਰ ਚਾਰ ਗੁਣਾ ਚਾਰ ਬਰਾਬਰ ਸੋਲਾਂ, ਪੰਜ ਦਾ ਵਰਗ ਬਰਾਬਰ ਪੰਜ ਗੁਣਾ ਪੰਜ ਬਰਾਬਰ ਪੱਚੀ, ਛੇ ਦਾ ਵਰਗ ਬਰਾਬਰ ਛੇ ਗੁਣਾ ਛੇ ਬਰਾਬਰ ਛੱਤੀ, ਸੱਤ ਦਾ ਵਰਗ ਬਰਾਬਰ ਸੱਤ ਗੁਣਾ ਸੱਤ ਬਰਾਬਰ ਉਣੰਜਾ, ਅੱਠ ਦਾ ਵਰਗ ਬਰਾਬਰ ਅੱਠ ਗੁਣਾ ਅੱਠ ਬਰਾਬਰ ਚੌਂਹਠ, ਨੌ ਦਾ ਵਰਗ ਬਰਾਬਰ ਨੌ ਗੁਣਾ ਨੌ ਬਰਾਬਰ ਇਕਿਆਸੀ, ਅਤੇ ਦਸ ਦਾ ਵਰਗ ਬਰਾਬਰ ਦਸ ਗੁਣਾ ਦਸ ਬਰਾਬਰ ਸੌ ਦੇ। ਤਾਂ ਇੱਥੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ, ਕਿਸੇ ਸੰਖਿਆ ਦਾ ਵਰਗ ਪ੍ਰਾਪਤ ਕਰਨ ਲਈ ਅਸੀਂ ਉਸ ਸੰਖਿਆ ਨੂੰ ਉਸੇ ਨਾਲ ਗੁਣਾ ਕਰਦੇ ਹਾਂ। ਰਿਣਾਤਮਕ ਸੰਖਿਆਵਾਂ ਦੇ ਵਰਗ। ਮਾਈਨਸ ਇੱਕ ਦਾ ਵਰਗ ਬਰਾਬਰ ਮਾਈਨਸ ਇੱਕ ਗੁਣਾ ਮਾਈਨਸ ਇੱਕ ਬਰਾਬਰ ਇੱਕ, ਮਾਈਨਸ ਦੋ ਦਾ ਵਰਗ ਬਰਾਬਰ ਮਾਈਨਸ ਦੋ ਗੁਣਾ ਮਾਈਨਸ ਦੋ ਬਰਾਬਰ ਚਾਰ, ਮਾਈਨਸ ਤਿੰਨ ਦਾ ਵਰਗ ਬਰਾਬਰ ਮਾਈਨਸ ਤਿੰਨ ਗੁਣਾ ਮਾਈਨਸ ਤਿੰਨ ਬਰਾਬਰ ਨੌ, ਮਾਈਨਸ ਚਾਰ ਦਾ ਵਰਗ ਬਰਾਬਰ ਮਾਈਨਸ ਚਾਰ ਗੁਣਾ ਮਾਈਨਸ ਚਾਰ ਬਰਾਬਰ ਸੋਲਾਂ ਦੇ, ਮਾਈਨਸ ਪੰਜ ਦਾ ਵਰਗ ਬਰਾਬਰ ਮਾਈਨਸ ਪੰਜ ਗੁਣਾ ਮਾਈਨਸ ਪੰਜ ਬਰਾਬਰ ਪੱਚੀ। ਤਾਂ ਇੱਥੇ ਜੇਕਰ ਅਸੀਂ ਧਿਆਨ ਨਾਲ ਵੇਖੀਏ ਤਾਂ ਮਾਈਨਸ ਇੱਕ ਦਾ ਵਰਗ ਇੱਕ ਦੇ ਵਰਗ ਦੇ ਬਰਾਬਰ ਹੈ, ਮਾਈਨਸ ਦੋ ਦਾ ਵਰਗ ਦੋ ਦੇ ਵਰਗ ਦੇ ਬਰਾਬਰ ਹੈ, ਇਸੇ ਤਰ੍ਹਾਂ ਮਾਈਨਸ ਤਿੰਨ ਦਾ ਵਰਗ ਤਿੰਨ ਦੇ ਵਰਗ ਦੇ ਬਰਾਬਰ, ਮਾਈਨਸ ਚਾਰ ਦਾ ਵਰਗ ਚਾਰ ਦੇ ਵਰਗ ਦੇ ਬਰਾਬਰ, ਅਤੇ ਮਾਈਨਸ ਪੰਜ ਦਾ ਵਰਗ ਪੰਜ ਦੇ ਵਰਗ ਦੇ ਬਰਾਬਰ ਹੈ। ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਰਿਣਾਤਮਕ ਸੰਖਿਆਵਾਂ ਦੇ ਵਰਗ ਧਨਾਤਮਕ ਸੰਖਿਆਵਾਂ ਹੁੰਦੀਆਂ ਹਨ, ਅਤੇ ਇਹ ਉਸੇ ਮੁੱਲ ਦੀਆਂ ਧਨਾਤਮਕ ਸੰਖਿਆਵਾਂ ਦੇ ਵਰਗ ਦੇ ਬਰਾਬਰ ਹੁੰਦੇ ਹਨ। ਪੂਰਨ ਵਰਗ ਸੰਖਿਆਵਾਂ ਦੇ ਤੱਤ। ਤਾਂਕ ਸੰਖਿਆ ਦਾ ਵਰਗ ਤਾਂਕ ਸੰਖਿਆ ਹੁੰਦਾ ਹੈ, ਜਿਸ ਸੰਖਿਆ ਦਾ ਵਰਗ ਜਿਸ ਸੰਖਿਆ ਹੁੰਦਾ ਹੈ। ਧਨਾਤਮਕ ਸੰਖਿਆ ਦਾ ਵਰਗ ਧਨਾਤਮਕ ਸੰਖਿਆ ਹੁੰਦਾ ਹੈ। ਰਿਣਾਤਮਕ ਸੰਖਿਆ ਦਾ ਵਰਗ ਵੀ ਧਨਾਤਮਕ ਸੰਖਿਆ ਹੁੰਦਾ ਹੈ। ਪੂਰਨ ਵਰਗ ਸੰਖਿਆ ਦੇ ਇਕਾਈ ਦੇ ਅੰਕ ਜ਼ੀਰੋ ਇੱਕ ਚਾਰ ਪੰਜ ਛੇ ਜਾਂ ਨੌ ਹੀ ਹੁੰਦੇ ਹਨ। ਜੋੜ ਦੀ ਵਰਤੋਂ ਰਾਹੀਂ ਪੂਰਨ ਵਰਗ ਸੰਖਿਆ ਬਣਾਉਣਾ। ਪਹਿਲਾਂ ਦਿੱਤੀ ਸੰਖਿਆ ਦਾ ਵਰਗਮੂਲ ਵੰਡ ਵਿਧੀ ਰਾਹੀਂ ਪਤਾ ਕਰੋ। ਜੇਕਰ ਬਾਕੀ ਸਿਫਰ ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪੂਰਨ ਵਰਗ ਸੰਖਿਆ ਹੈ। ਜੇਕਰ ਬਾਕੀ ਸਿਫਰ ਤੋਂ ਅਲੱਗ ਸੰਖਿਆ ਪ੍ਰਾਪਤ ਹੁੰਦਾ ਹੈ ਤਾਂ ਭਾਗਫਲ ਤੋਂ ਅਗਲੀ ਸੰਖਿਆ ਦਾ ਵਰਗ ਪਤਾ ਕਰੋ। ਪ੍ਰਾਪਤ ਸੰਖਿਆ ਘਟਾ ਦਿੱਤੀ ਸੰਖਿਆ ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨੂੰ ਦਿੱਤੀ ਸੰਖਿਆ ਵਿੱਚ ਜੋੜਨ ਤੇ
ए पूर्ण वर्ग बन जाएगी। हुण घटाओ दी वरतों नाल पूर्ण वर्ग बनाउणा। पहला दित्ती संख्या दा वर्गमूल वंड विधि राही पता करो। जेकर बाकी सिफर प्राप्त हुंदा है ता संख्या पूर्ण वर्ग संख्या है। जेकर बाकी सिफर तो अलग संख्या प्राप्त हुंदा है ता प्राप्त बाकी नू दित्ती संख्या विचों कटाओ। इथे प्राप्त बाकी ओ छोटी तो छोटी संख्या है जिसनू दित्ती संख्या विचों कटाउण ते ਇਹ ਪੂਰਨ ਵਰਗ ਬਣ ਜਾਵੇਗੀ। ਹੁਣ ਤੱਕ ਤੁਸੀਂ ਜੋੜ ਜਾਂ ਘਟਾਓ ਦੀ ਵਰਤੋਂ ਕਰਕੇ ਸੰਖਿਆਵਾਂ ਨੂੰ ਪੂਰਨ ਵਰਗ ਬਣਾਉਣ ਬਾਰੇ ਸਿੱਖਿਆ ਹੈ। ਆਓ ਹੁਣ ਇਸ ਤੇ ਆਧਾਰਿਤ ਕੁਝ ਉਦਾਹਰਣਾਂ ਨੂੰ ਹੱਲ ਕਰੀਏ। ਆਓ ਹੁਣ ਇੱਕ ਉਦਾਹਰਣ ਵੇਖੀਏ। ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 5607 ਵਿੱਚੋਂ ਘਟਾਉਣ ਤੇ ਇਹ ਪੂਰਨ ਵਰਗ ਬਣ ਜਾਵੇ। ਹੱਲ ਤਾਂ ਪਹਿਲਾਂ ਅਸੀਂ 5607 ਦਾ ਵਰਗਮੂਲ ਵੰਡ ਵਿਧੀ ਰਾਹੀਂ ਪਤਾ ਕਰਦੇ ਹਾਂ। ਤਾਂ ਵੰਡ ਵਿਧੀ ਰਾਹੀਂ 5607 ਦਾ ਵਰਗਮੂਲ ਪਤਾ ਕਰਨ ਲਈ ਪਹਿਲਾਂ ਸੱਜੇ ਤੋਂ ਖੱਬੇ ਪਾਸੇ ਵੱਲ ਅੰਕਾਂ ਦੇ ਜੋੜਿਆਂ ਤੇ ਬਾਰ ਲਗਾਓ। ਹੁਣ 56 ਲਈ ਅਜਿਹੀ ਸੰਖਿਆ ਪਤਾ ਕਰੋ ਜਿਸ ਦਾ ਵਰਗ 56 ਦੇ ਬਰਾਬਰ ਜਾਂ ਇਸ ਨਾਲੋਂ ਛੋਟਾ ਹੋਵੇ। ਅਜਿਹੀ ਸੰਖਿਆ 7 ਹੈ ਕਿਉਂਕਿ 7 ਦਾ ਵਰਗ 49 56 ਨਾਲੋਂ ਛੋਟਾ ਹੈ। ਇੰਚ ਅਸੀਂ ਭਾਗਫਲ ਵਿੱਚ 7 ਲਿਖਾਂਗੇ ਅਤੇ 56 ਵਿੱਚੋਂ 49 ਨੂੰ ਕਟਾਉਣ ਤੇ ਅਸੀਂ 7 ਪ੍ਰਾਪਤ ਕਰਦੇ ਹਾਂ। ਹੁਣ ਅਗਲੀ ਬਾਰ ਵਾਲੇ ਅੰਕਾਂ ਦੇ ਜੋੜੇ ਨੂੰ 7 ਦੇ ਨਾਲ ਲਿਖਣ ਤੇ ਅਸੀਂ ਸੰਖਿਆ 707 ਪ੍ਰਾਪਤ ਕਰਦੇ ਹਾਂ। ਹੁਣ 707 ਲਈ ਅਸੀਂ ਅਜਿਹੀ ਸੰਖਿਆ ਪਤਾ ਕਰਾਂਗੇ। ਹੁਣ ਭਾਗਫਲ ਨੂੰ ਦੁੱਗਣਾ ਕਰ ਦਿਓ ਤਾਂ ਅਸੀਂ 14 ਪ੍ਰਾਪਤ ਕਰਦੇ ਹਾਂ। ਹੁਣ 14 ਦੇ ਸੱਜੇ ਪਾਸੇ ਖਾਲੀ ਥਾਂ ਤੇ ਅਸੀਂ ਅਜਿਹਾ ਅੰਕ ਲਿਖਾਂਗੇ ਜਿਸ ਨੂੰ ਲਿਖਣ ਤੇ ਪ੍ਰਾਪਤ ਸੰਖਿਆ ਨੂੰ ਉਸੇ ਅੰਕ ਨਾਲ ਗੁਣਾ ਕਰਨ ਤੇ ਪ੍ਰਾਪਤ ਸੰਖਿਆ 707 ਦੇ ਬਰਾਬਰ ਜਾਂ ਇਸ ਨਾਲੋਂ ਛੋਟੀ ਹੋਵੇ। ਅਜਿਹਾ ਅੰਕ 4 ਹੈ ਤਾਂ 144 ਨੂੰ 4 ਨਾਲ ਗੁਣਾ ਕਰਨ ਤੇ ਅਸੀਂ 576 ਪ੍ਰਾਪਤ ਕਰਦੇ ਹਾਂ ਜੋ ਕਿ 707 ਨਾਲੋਂ ਛੋਟੀ ਹੈ। ਹੁਣ 707 ਵਿੱਚੋਂ 576 ਘਟਾਉਣ ਤੇ ਅਸੀਂ 131 ਪ੍ਰਾਪਤ ਕਰਦੇ ਹਾਂ। ਹੁਣ ਇੱਥੇ ਜਿਵੇਂ ਕਿ 5607 ਦਾ ਵਰਗਮੂਲ ਵੰਡ ਵਿਧੀ ਰਾਹੀਂ ਪਤਾ ਕਰਨ ਤੇ ਸਾਡੇ ਕੋਲ ਬਾਕੀ 131 ਬਚਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ 5607 ਪੂਰਨ ਵਰਗ ਸੰਖਿਆ ਨਹੀਂ ਹੈ। ਹੁਣ ਘਟਾਓ ਦੀ ਵਰਤੋਂ ਨਾਲ ਅਸੀਂ ਇਸ ਨੂੰ ਪੂਰਨ ਵਰਗ ਬਣਾਵਾਂਗੇ। ਇਸ ਲਈ ਅਸੀਂ ਪ੍ਰਾਪਤ ਬਾਕੀ ਨੂੰ ਦਿੱਤੀ ਸੰਖਿਆ ਵਿੱਚੋਂ ਘਟਾਉਂਦੇ ਹਾਂ। ਭਾਵ 5607 ਮਾਈਨਸ 131 ਜੋ ਕਿ ਬਰਾਬਰ ਆਵੇਗਾ 5476 ਦੇ। ਜੋ ਕਿ ਸੰਖਿਆ 74 ਦਾ ਵਰਗ ਹੈ। ਤਾਂ ਇੰਝ ਦਿੱਤੇ ਉਦਾਹਰਣ ਲਈ 'ਛੋਟੀ ਤੋਂ ਛੋਟੀ ਸੰਖਿਆ'
ਜਿਸ ਨੂੰ 5607 ਵਿੱਚੋਂ ਘਟਾਉਣ ਤੇ 131 है अते 131 नू 5607 विचों कटाउन ते प्राप्त वर्ग बराबर है 5476 दे जो कि संख्या 74 दा वर्ग है। आओ हुन एक होर उदाहरण देखिए। वो छोटी तो छोटी संख्या पता करो जिसनु 1300 विचों जोड़न ते ए पूर्ण वर्ग बन जावे। हल ता इसलिए असी 1300 दा वर्गमूल ਵੰਡਫਿਤੀ ਰਾਹੀਂ ਪਤਾ ਕਰਦੇ ਹਾਂ। ਤਾਂ ਇਸ ਲਈ ਪਹਿਲਾਂ ਅਸੀਂ 1300 ਦੇ ਅੰਕਾਂ ਦੇ ਜੋੜਿਆਂ ਤੇ ਬਾਗ ਲਗਾਉਂਦੇ ਹਾਂ। ਹੁਣ ਪਹਿਲੀ ਵਾਰ ਦੇ ਅੰਕਾਂ ਦੇ ਜੋੜੇ ਲਈ ਅਸੀਂ ਅਜਿਹੀ ਸੰਖਿਆ ਪਤਾ ਕਰਾਂਗੇ ਜਿਸ ਦਾ ਵਰਗ 13 ਦੇ ਬਰਾਬਰ ਜਾਂ ਇਸ ਨਾਲੋਂ ਘੱਟ ਹੋਵੇ। ਅਜਿਹੀ ਸੰਖਿਆ 3 ਹੈ। 3 ਦਾ ਵਰਗ 9 13 ਨਾਲੋਂ ਛੋਟਾ ਹੈ। ਹੁਣ 9 ਨੂੰ 13 ਵਿੱਚੋਂ ਘਟਾਉਣ ਤੇ ਅਸੀਂ 4 ਪ੍ਰਾਪਤ ਕਰਦੇ ਹਾਂ। ਹੁਣ ਅਗਲੀ ਵਾਰ ਵਾਲੇ ਅੰਕਾਂ ਨੂੰ 4 ਦੇ ਨਾਲ ਲਿਖਣ ਤੇ ਅਸੀਂ 400 ਪ੍ਰਾਪਤ ਕਰਦੇ ਹਾਂ। ਅਗਾਂ ਭਾਗਫਲ ਨੂੰ ਦੁੱਗਣਾ ਕਰ ਦਿਓ ਤਾਂ ਅਸੀਂ 6 ਪ੍ਰਾਪਤ ਕਰਾਂਗੇ। ਹੁਣ 6 ਦੇ ਸੱਜੇ ਪਾਸੇ ਖਾਲੀ ਥਾਂ ਨਾਲ ਅਜਿਹਾ ਅੰਕ ਲਿਖੋ ਜਿਸ ਨੂੰ ਲਿਖਣ ਤੇ ਪ੍ਰਾਪਤ ਸੰਖਿਆ ਨੂੰ ਉਸੇ ਅੰਕ ਨਾਲ ਗੁਣਾ ਕਰਨ ਤੇ ਪ੍ਰਾਪਤ ਸੰਖਿਆ 400 ਦੇ ਬਰਾਬਰ ਜਾਂ ਇਸ ਨਾਲੋਂ ਛੋਟੀ ਹੋਵੇ। ਅਜਿਹਾ ਅੰਕ 6 ਹੈ ਤਾਂ ਪ੍ਰਾਪਤ ਸੰਖਿਆ 66 ਨੂੰ 6 ਨਾਲ ਗੁਣਾ ਕਰਨ ਤੇ ਅਸੀਂ 396 ਪ੍ਰਾਪਤ ਕਰਦੇ ਹਾਂ ਜੋ ਕਿ 400 ਨਾਲੋਂ ਛੋਟਾ ਹੈ। 396 ਨੂੰ 400 ਵਿੱਚੋਂ ਘਟਾਉਣ ਤੇ ਅਸੀਂ 4 ਪ੍ਰਾਪਤ ਕਰਦੇ ਹਾਂ। ਹੁਣ ਜਿਵੇਂ ਕਿ ਇੱਥੇ ਸਾਡੇ ਕੋਲ ਬਾਕੀ 0 ਤੋਂ ਅਲੱਗ ਸੰਖਿਆ 4 ਬਚਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ 1300 ਪੂਰਨ ਵਰਗ ਸੰਖਿਆ ਨਹੀਂ ਹੈ। ਹੁਣ ਜੋੜ ਦੀ ਵਰਤੋਂ ਰਾਹੀਂ ਦਿੱਤੀ ਸੰਖਿਆ 1300 ਨੂੰ ਪੂਰਨ ਵਰਗ ਬਣਾਉਣ ਲਈ ਅਸੀਂ ਭਾਗਫਲ ਤੋਂ ਅਗਲੀ ਸੰਖਿਆ ਦਾ ਵਰਗ ਪਤਾ ਕਰਾਂਗੇ। ਛੱਤੀ ਤੋਂ ਅਗਲੀ ਸੰਖਿਆ 37 ਇੰਚ 37 ਦਾ ਵਰਗ ਬਰਾਬਰ 37 ਗੁਣਾ 37 ਬਰਾਬਰ ਆਵੇਗਾ 1369 ਦੇ। ਤਾਂ ਹੁਣ 1369 ਵਿੱਚੋਂ ਦਿੱਤੀ ਸੰਖਿਆ 1300 ਘਟਾਉਣ ਤੇ ਅਸੀਂ 69 ਪ੍ਰਾਪਤ ਕਰਦੇ ਹਾਂ। ਤਾਂ ਇੰਚ ਉਹ ਛੋਟੀ ਤੋਂ ਛੋਟੀ ਸੰਖਿਆ ਜਿਸ ਨੂੰ
ਦਿੱਤੀ ਸੰਖਿਆ 1300 ਵਿੱਚ ਜੋੜਨ ਤੇ ਇਹ ਪੂਰਨ ਵਰਗ ਬਣ ਜਾਵੇ। ਉਹ ਸੰਖਿਆ 69 ਹੈ ਤਾਂ ਇੰਝ 69 ਨੂੰ ਦਿੱਤੀ ਸੰਖਿਆ 1300 ਵਿੱਚ ਜੋੜਨ ਤੇ ਪ੍ਰਾਪਤ ਪੂਰਨ ਵਰਗ ਸੰਖਿਆ 1369 ਜੋ ਕਿ ਸੰਖਿਆ 37 ਦਾ ਵਰਗ ਹੈ। ਹੁਣ ਤੱਕ ਤੁਸੀਂ ਜੋੜ ਜਾਂ ਘਟਾਓ ਦੀ ਵਰਤੋਂ ਕਰਕੇ ਸੰਖਿਆਵਾਂ ਨੂੰ ਪੂਰਨ ਵਰਗ ਬਣਾਉਣ ਤੇ ਆਧਾਰਿਤ ਕੁਝ ਉਦਾਹਰਨਾਂ ਨੂੰ ਹੱਲ ਕੀਤਾ ਹੈ। ਆਓ ਹੁਣ ਇਸ ਤੇ ਆਧਾਰਿਤ ਕੁਝ ਹੋਰ ਉਦਾਹਰਨਾਂ ਨੂੰ ਹੱਲ ਕਰੀਏ। ਆਓ ਹੁਣ ਅਗਲਾ ਉਦਾਹਰਨ ਵੇਖੀਏ। ਇੱਕ ਮਾਲੀ ਕੋਲ 1000 ਪੌਦੇ ਹਨ। ਉਹ ਇਹਨਾਂ ਪੌਦਿਆਂ ਨੂੰ ਇਸ ਢੰਗ ਨਾਲ ਲਗਾਉਣਾ ਚਾਹੁੰਦਾ ਹੈ ਕਿ ਹਰੇਕ ਕਤਾਰ ਵਿੱਚ ਓਨੇ ਹੀ ਪੌਦੇ ਹੋਣ ਜਿੰਨੀਆਂ ਕਿ ਕਤਾਰਾਂ ਦੀ ਗਿਣਤੀ ਹੋਵੇ। ਇਸ ਤਰ੍ਹਾਂ ਕਰਨ ਨਾਲ ਕਿੰਨੇ ਪੌਦੇ ਇਸ ਤਰਤੀਬ ਵਿੱਚ ਲੱਗਣਗੇ? ਹਾਲ ਸਭ ਤੋਂ ਪਹਿਲਾਂ ਮੰਨ ਲਓ ਕਤਾਰਾਂ ਦੀ ਗਿਣਤੀ 1 ਹੈ ਤਾਂ ਇੱਥੇ ਹਰੇਕ ਕਤਾਰ ਵਿੱਚ 1 ਦੀ ਗਿਣਤੀ 20 ਬਰਾਬਰ ਹੋਵੇਗੀ 1 ਦੇ, ਕਿਉਂਕਿ ਸਾਨੂੰ ਦਿੱਤਾ ਗਿਆ ਹੈ ਕਿ ਕਤਾਰਾਂ ਅਤੇ ਕਤਾਰਾਂ ਵਿੱਚ ਪੌਦਿਆਂ ਦੀ ਗਿਣਤੀ 1 ਹੈ ਇਸ ਲਈ ਕਤਾਰਾਂ ਵਿੱਚ 1 ਦੀ ਕੁੱਲ ਸੰਖਿਆ 1 × x ਜੋ ਕਿ 1 ਦਾ ਵਰਗ ਅਤੇ ਦਿੱਤੀ ਗਈ ਪੌਦਿਆਂ ਦੀ ਸੰਖਿਆ 1000 ਦੇ ਤਾਂ ਇੰਚ x ਵਰਗ 1000। ਭਾਵ ਜੇਕਰ ਅਸੀਂ ਮੰਨ ਲਈਏ ਕਿ 1000 ਪੌਦਿਆਂ ਨੂੰ ਇਸ ਤਰ੍ਹਾਂ ਲਗਾਇਆ ਜਾ ਰਿਹਾ ਹੈ ਕਿ ਕਤਾਰਾਂ ਅਤੇ ਕਤਾਰਾਂ ਵਿੱਚ ਪੌਦਿਆਂ ਦੀ ਗਿਣਤੀ 1 ਹੈ। ਹੁਣ ਦੋਹਾਂ ਪਾਸੇ ਵਰਗਮੂਲ ਲੈਣ ਤੇ ਭਾਵ x ਦੇ ਵਰਗ ਦਾ ਵਰਗਮੂਲ 1000 ਦਾ ਵਰਗਮੂਲ, ਤਾਂ ਇੱਥੇ ਖੱਬੇ ਪਾਸੇ ਵਰਗ ਨਾਲ ਵਰਗਮੂਲ ਹਟਾਉਣ ਤੇ ਅਸੀਂ ਪ੍ਰਾਪਤ ਕਰਦੇ ਹਾਂ ਕਿ x 1000 ਦਾ ਵਰਗਮੂਲ। ਤਾਂ ਇੱਥੇ ਅਸੀਂ ਪਹਿਲਾਂ 1000 ਦਾ ਵਰਗਮੂਲ ਵੰਡ ਵਿਧੀ ਰਾਹੀਂ ਪਤਾ ਕਰਦੇ ਹਾਂ। ਤਾਂ ਇੱਥੇ ਅਸੀਂ ਪਹਿਲਾਂ ਅੰਕਾਂ ਦੇ ਜੋੜਿਆਂ ਤੇ ਵਾਰ ਲਗਾਵਾਂਗੇ।
ਤਾਂ ਹੁਣ ਪਹਿਲੀ ਬਾਰ ਦੇ ਅੰਕਾਂ ਦੇ ਜੋੜਿਆਂ ਤੋਂ ਬਣੀ ਸੰਖਿਆ ਲਈ ਅਸੀਂ ਅਜਿਹੀ ਸੰਖਿਆ ਪਤਾ ਕਰਦੇ ਹਾਂ ਜਿਸ ਦਾ ਵਰਗ ਉਸ ਦੇ ਬਰਾਬਰ ਜਾਂ ਉਸ ਨਾਲੋਂ ਛੋਟਾ ਹੋਵੇ। ਭਾਵ ਇੱਥੇ ਪਹਿਲੀ ਬਾਰ ਦੇ ਅੰਕਾਂ ਦੇ ਜੋੜੇ ਤੋਂ ਬਣੀ ਸੰਖਿਆ 10 ਹੈ ਤਾਂ ਅਸੀਂ ਅਜਿਹੀ ਸੰਖਿਆ ਪਤਾ ਕਰਾਂਗੇ ਜਿਸ ਦਾ ਵਰਗ 10 ਦੇ ਬਰਾਬਰ ਜਾਂ ਇਸ ਨਾਲੋਂ ਛੋਟਾ ਹੋਵੇ। ਅਜਿਹੀ ਸੰਖਿਆ 3 ਹੈ ਕਿਉਂਕਿ 3 ਦਾ ਵਰਗ ਬਰਾਬਰ 9 10 ਨਾਲੋਂ ਛੋਟਾ ਹੈ। ਤਾਂ ਇੱਥੇ 3 ਨੂੰ ਭਾਗਫਲ ਵਾਲੀ ਥਾਂ ਤੇ ਲਿਖ ਲਓ ਅਤੇ 10 ਵਿੱਚੋਂ 9 ਘਟਾਉਣ ਤੇ ਸਾਡੇ ਕੋਲ ਬਾਕੀ 1 ਬਚਦਾ ਹੈ। ਹੁਣ 1 ਦੇ ਸੱਜੇ ਪਾਸੇ ਅਗਲੀ ਬਾਰ ਦੇ ਅੰਕਾਂ ਦੇ ਜੋੜਿਆਂ ਨੂੰ ਲਿਖਣ ਤੇ ਅਸੀਂ ਸੰਖਿਆ 100 ਪ੍ਰਾਪਤ ਕਰਦੇ ਹਾਂ। ਹੁਣ ਪਹਿਲਾਂ ਭਾਗਫਲ ਨੂੰ ਦੁੱਗਣਾ ਕਰ ਦਿਓ ਤਾਂ ਅਸੀਂ 6 ਪ੍ਰਾਪਤ ਕਰਾਂਗੇ। ਹੁਣ 6 ਦੇ ਸੱਜੇ ਪਾਸੇ ਅਜਿਹਾ ਅੰਕ ਲਿਖੋ ਜਿਸ ਨੂੰ ਲਿਖਣ ਤੇ ਪ੍ਰਾਪਤ ਸੰਖਿਆ ਨੂੰ ਇਸੇ ਅੰਕ ਨਾਲ ਗੁਣਾ ਕਰਨ ਤੇ ਪ੍ਰਾਪਤ ਸੰਖਿਆ 100 ਦੇ ਬਰਾਬਰ ਜਾਂ ਇਸ ਨਾਲੋਂ ਛੋਟੀ ਹੋਵੇ। ਅਜਿਹੀ ਸੰਖਿਆ 1 ਹੈ ਤਾਂ 61 ਨੂੰ 1 ਨਾਲ ਗੁਣਾ ਕਰਨ ਤੇ ਅਸੀਂ 61 ਪ੍ਰਾਪਤ ਕਰਦੇ ਹਾਂ। ਤਾਂ 1 ਨੂੰ ਭਾਗਫਲ ਵਿੱਚ 3 ਤੋਂ ਬਾਅਦ ਲਿਖ ਲਓ ਅਤੇ 100 ਵਿੱਚੋਂ 61 ਘਟਾਉਣ ਤੇ ਅਸੀਂ 39 ਪ੍ਰਾਪਤ ਕਰਦੇ ਹਾਂ ਜੋ ਕਿ ਬਾਕੀ ਬਚੀ ਸੰਖਿਆ ਹੈ। ਤਾਂ ਇਥੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ 1000 ਪੂਰਨ ਵਰਗ ਸੰਖਿਆ ਨਹੀਂ ਹੈ, ਇਸ ਲਈ ਇਸ ਨੂੰ ਇਸ ਤਰ੍ਹਾਂ ਨਹੀਂ ਲਗਾਇਆ ਜਾ ਸਕਦਾ ਕਿ ਕਤਾਰਾਂ ਅਤੇ ਕਤਾਰਾਂ ਵਿੱਚ ਪੌਦਿਆਂ ਦੀ ਗਿਣਤੀ ਬਰਾਬਰ ਹੋਵੇ। ਤਾਂ ਇਸ ਲਈ ਅਸੀਂ ਪਹਿਲਾਂ ਇਸ ਨੂੰ ਪੂਰਨ ਵਰਗ ਸੰਖਿਆ ਬਣਾਉਂਦੇ ਹਾਂ। ਇੱਥੇ ਪੂਰਨ ਵਰਗ ਸੰਖਿਆ 1000 -39 ਭਾਵ ਦਿੱਤੀ ਸੰਖਿਆ ਵਿੱਚੋਂ ਬਾਕੀ ਬਚੀ ਸੰਖਿਆ ਘਟਾਉਣ ਤੇ ਜੋ ਕਿ ਬਰਾਬਰ ਆਵੇਗਾ 961 ਤੇ, ਜੋ ਕਿ ਇੱਕ ਪੂਰਨ ਵਰਗ ਸੰਖਿਆ ਹੈ। ਭਾਵ 961 ਜੋ ਕਿ 31 ਦਾ ਵਰਗ ਹੈ। ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ x ਬਰਾਬਰ ਹੋਵੇਗਾ 31 ਦੇ, ਤਾਂ ਇੰਚ ਕਤਾਰਾਂ ਦੀ ਗਿਣਤੀ ਬਰਾਬਰ 31 ਅਤੇ ਹਰੇਕ ਕਤਾਰ ਵਿੱਚ ਪੌਦਿਆਂ ਦੀ ਸੰਖਿਆ ਇਕੱਤੀ, ਤਾਂ ਇੰਚ ਪੌਦਿਆਂ ਦੀ ਕੁੱਲ ਸੰਖਿਆ ਬਰਾਬਰ 31 ਗੁਣਾ 31 ਭਾਵ ਬਰਾਬਰ 31 ਦੇ ਵਰਗ ਦੇ, ਭਾਵ ਬਰਾਬਰ 961 ਦੇ। ਤਾਂ ਇੰਚ ਪੌਦਿਆਂ ਦੀ ਉਹ ਘੱਟੋ ਘੱਟ ਸੰਖਿਆ ਜੋ ਕਿ ਇਸ ਤਰ੍ਹਾਂ ਲਗਾਏ ਜਾ ਸਕਦੇ ਹਨ
कि कतारां अते कतारां विच पौधियां दी गिनती बराबर होवे ओ है 961 पौधे जो कि असी पता करना से। आओ हुन अगला उदाहरण वेखिए। एक स्कूल विच 500 विद्यार्थी हन। सवेर दी सभा विच उन्हां नूं इस तरह खड़े किया गया है कि जिन्हां कतारां हन उन्हें ही कतारां विच विद्यार्थी हन। तां दसो कि इस तरतीब विच खड़े करन नाल किन्ने विद्यार्थी कतारां विच खड़े होंगे? हल। सब तो पहला मान लो कतारां दी गिनती 1 है। इथे हरेक कतार विच 'विद्यार्थियों की संख्या बराबर होगी x से, क्योंकि कतारां अते कतारां विच विद्यार्थियों की संख्या बराबर है ता इस तों भाव कतारां विच विद्यार्थियों की कुल संख्या बराबर x गुणा x बराबर x वर्ग दे नाल ही दित्ती गई विद्यार्थियों की संख्या बराबर 500 ता इथे x वर्ग बराबर 500 दे जेकर असी मान लिए कि 500 विद्यार्थियों नूं इस तरह खड़ा किया जाता है कि ओ कतारां अते कतारां विच विद्यार्थियों की संख्या बराबर होवे। हुण दोहां पासे वर्गमूल लैण ते भाव x दे वर्ग दा वर्गमूल बराबर 500 दा वर्गमूल हल करन ते x बराबर 500 दा वर्गमूल ता इत्थे असी 500 दा वर्गमूल वंड विधि राही पता करदे हां। इसलिए असी इस दे अंकां दे जोड़ियां ते बार लगाउंदे हां। तां पहली बार दे अंकां दे जोड़ियां तो बनी संख्या भाव 5 लई असी अजिही संख्या पता करांगे जिस दा वर्ग 5 दे बराबर जां इस नालों छोटा होवे।
ਅਜਿਹੀ ਸੰਖਿਆ 2 ਹੈ। 2 ਦਾ ਵਰਗ 4 5 ਨਾਲੋਂ ਛੋਟਾ ਹੈ। ਤਾਂ ਇੱਥੇ 2 ਨੂੰ ਭਾਗਫਲ ਦੀ ਥਾਂ ਤੇ ਲਿਖੋ ਅਤੇ ਹੁਣ 5 ਵਿੱਚੋਂ 4 ਘਟਾਉਣ ਤੇ ਸਾਡੇ ਕੋਲ ਬਾਕੀ 1 ਬਚਦਾ ਹੈ। ਹੁਣ ਅਗਲੀ ਬਾਰ ਦੇ ਅੰਕਾਂ ਦੇ ਜੋੜਿਆਂ ਨੂੰ 1 ਦੇ ਨਾਲ ਲਿਖਣ ਤੇ ਪ੍ਰਾਪਤ ਸੰਖਿਆ 100 ਹੈ। ਹੁਣ ਪਹਿਲਾਂ ਭਾਗਫਲ ਨੂੰ ਦੁੱਗਣਾ ਕਰੋ ਤਾਂ ਅਸੀਂ 4 ਪ੍ਰਾਪਤ ਕਰਦੇ ਹਾਂ। ਹੁਣ 4 ਦੇ ਸੱਜੇ ਪਾਸੇ ਖਾਲੀ ਥਾਂ ਤੇ ਅਜਿਹਾ ਅੰਕ ਲਿਖਾਂਗੇ ਜਿਸ ਨੂੰ ਲਿਖਣ ਤੇ ਪ੍ਰਾਪਤ ਸੰਖਿਆ ਨੂੰ ਉਸੇ ਅੰਕ ਨਾਲ ਗੁਣਾ ਕਰਨ ਤੇ ਪ੍ਰਾਪਤ ਸੰਖਿਆ 100 ਦੇ ਬਰਾਬਰ ਜਾਂ ਇਸ ਨਾਲੋਂ ਛੋਟੀ ਹੋਵੇ। ਅਜਿਹਾ ਅੰਕ 2 ਹੈ ਤਾਂ ਇਸ ਤਰ੍ਹਾਂ ਪ੍ਰਾਪਤ ਸੰਖਿਆ 42 ਨੂੰ 2 ਨਾਲ ਗੁਣਾ ਕਰਨ ਤੇ ਅਸੀਂ 84 ਪ੍ਰਾਪਤ ਕਰਦੇ ਹਾਂ ਜੋ ਕਿ 100 ਨਾਲੋਂ ਛੋਟਾ ਹੈ। ਹੁਣ 2 ਨੂੰ ਭਾਗਫਲ ਵਿੱਚ 2 ਤੋਂ ਬਾਅਦ ਲਿਖ ਲਵੋ ਅਤੇ 100 ਵਿੱਚੋਂ 84 ਘਟਾਉਣ ਤੇ ਅਸੀਂ 16 ਪ੍ਰਾਪਤ ਕਰਦੇ ਹਾਂ ਜੋ ਕਿ ਇੱਥੇ ਬਾਕੀ ਬਚੀ ਸੰਖਿਆ ਹੈ। ਤਾਂ ਇੱਥੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ 500 ਪੂਰਨ ਵਰਗ ਸੰਖਿਆ ਨਹੀਂ ਹੈ। ਤਾਂ ਇੱਥੇ 500 ਨੂੰ ਪੂਰਨ ਵਰਗ ਸੰਖਿਆ ਬਣਾਉਣ ਲਈ ਅਸੀਂ ਬਾਕੀ ਬਚੀ ਸੰਖਿਆ ਨੂੰ ਇਸ ਵਿੱਚੋਂ ਘਟਾਉਂਦੇ ਹਾਂ। ਤਾਂ ਇੱਥੇ ਪੂਰਨ ਵਰਗ ਸੰਖਿਆ 500 -16 484 ਦੇ, ਕਿਉਂਕਿ 484 22 ਦਾ ਵਰਗ ਹੈ। ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਕਤਾਰਾਂ ਦੀ ਗਿਣਤੀ ਬਰਾਬਰ 22 ਅਤੇ ਹਰੇਕ ਕਤਾਰ ਵਿੱਚ ਵਿਦਿਆਰਥੀਆਂ ਦੀ ਸੰਖਿਆ ਬਰਾਬਰ 22 ਤਾਂ ਇੰਚ ਵਿਦਿਆਰਥੀਆਂ ਦੀ ਸੰਖਿਆ ਜੋ ਕਿ ਇਸ ਤਰ੍ਹਾਂ ਖੜੇ ਹੋਣਗੇ ਕਿ ਕਤਾਰਾਂ ਅਤੇ ਕਤਾਰਾਂ ਵਿੱਚ ਵਿਦਿਆਰਥੀਆਂ ਦੀ ਸੰਖਿਆ ਬਰਾਬਰ ਹੋਵੇ 22 × 22 ਭਾਗ ਬਰਾਬਰ 22 ਦਾ ਵਰਗ ਜੋ ਕਿ ਬਰਾਬਰ 484 ਦੇ, ਤਾਂ ਇੰਚ 484 ਵਿਦਿਆਰਥੀਆਂ ਨੂੰ ਕਤਾਰਾਂ ਵਿੱਚ ਇਸ ਤਰ੍ਹਾਂ ਖੜੇ ਕੀਤਾ ਜਾ ਸਕਦਾ ਹੈ ਕਿ ਕਤਾਰਾਂ ਅਤੇ ਕਤਾਰਾਂ ਵਿੱਚ ਵਿਦਿਆਰਥੀਆਂ ਦੀ ਸੰਖਿਆ ਬਰਾਬਰ ਹੋਵੇ। ਜੋ ਕਿ ਅਸੀਂ ਪਤਾ ਕਰਨਾ ਸੀ। ਇਸ ਐਪੀਸੋਡ ਵਿੱਚ ਤੁਸੀਂ ਸਿੱਖਿਆ ਹੈ ਜੋੜ ਦੀ ਵਰਤੋਂ ਨਾਲ ਪੂਰਨ ਵਰਗ ਬਣਾਉਣਾ। ਪਹਿਲਾਂ ਦਿੱਤੀ ਸੰਖਿਆ ਦਾ ਵਰਗਮੂਲ ਵੰਡ ਵਿਧੀ ਰਾਹੀਂ ਪਤਾ ਕਰੋ। ਜੇਕਰ ਬਾਕੀ ਸਿਫਰ ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪੂਰਨ ਵਰਗ ਸੰਖਿਆ ਹੈ। ਜੇਕਰ ਬਾਕੀ ਸਿਫਰ ਤੋਂ ਅਲੱਗ ਸੰਖਿਆ ਪ੍ਰਾਪਤ ਹੁੰਦਾ ਹੈ ਤਾਂ ਭਾਗਫਲ ਤੋਂ ਅਗਲੀ ਸੰਖਿਆ ਦਾ ਵਰਗ ਪਤਾ ਕਰੋ। ਪ੍ਰਾਪਤ ਵਰਗ ਘਟਾ ਦਿੱਤੀ ਸੰਖਿਆ ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨੂੰ ਦਿੱਤੀ ਸੰਖਿਆ ਵਿੱਚ ਜੋੜਨ ਤੇ
ਪੂਰਨ ਵਰਗ ਬਣ ਜਾਵੇਗੀ। ਨਾਲ ਹੀ ਘਟਾਓ ਦੀ ਵਰਤੋਂ ਨਾਲ ਪੂਰਨ ਵਰਗ ਬਣਾਉਣਾ, ਪਹਿਲਾਂ ਦਿੱਤੀ ਸੰਖਿਆ ਦਾ ਵਰਗਮੂਲ ਵੰਡ ਵਿਧੀ ਰਾਹੀਂ ਪਤਾ ਕਰੋ। ਜੇਕਰ ਬਾਕੀ ਸਿਫਰ ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪੂਰਨ ਵਰਗ ਸੰਖਿਆ ਹੈ, ਜੇਕਰ ਬਾਕੀ ਸਿਫਰ ਤੋਂ ਅਲੱਗ ਸੰਖਿਆ ਪ੍ਰਾਪਤ ਹੁੰਦਾ ਹੈ ਤਾਂ ਪ੍ਰਾਪਤ ਬਾਕੀ ਨੂੰ ਦਿੱਤੀ ਸੰਖਿਆ ਵਿੱਚੋਂ ਘਟਾਓ। ਇੱਥੇ ਪ੍ਰਾਪਤ ਬਾਕੀ ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨੂੰ ਦਿੱਤੀ ਸੰਖਿਆ ਵਿੱਚੋਂ ਘਟਾਉਣ ਤੇ ਇਹ ਪੂਰਨ ਵਰਗ ਬਣ ਜਾਵੇਗੀ। ਇਸ ਐਪੀਸੋਡ ਵਿੱਚ ਤੁਸੀਂ ਜੋੜ ਜਾਂ ਘਟਾਓ ਦੀ ਵਰਤੋਂ ਕਰਕੇ ਸੰਖਿਆਵਾਂ ਨੂੰ ਪੂਰਨ ਵਰਗ ਬਣਾਉਣ ਬਾਰੇ ਸਿੱਖਿਆ ਹੈ। ਉਮੀਦ ਕਰਦਾ ਹਾਂ ਤੁਹਾਨੂੰ ਐਪੀਸੋਡ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ।